ਸਾਡੇ ਨਰੇਸ਼ ਪੰਡਾ ਜੀ ਬਜਰੰਗ ਦਲ ਵੱਲੋਂ ਜੀ ਵਾਲੀਆ ਜੀ ਵਾਲੀਆ ਜੀ ਅਤੇ ਸਮੁੱਚੀ ਟੀਮ ਅਤੇ ਉਹਨਾਂ ਨਾਲ ਸਾਥੀ ਸਾਰੇ ਅਯੁੱਧਿਆ ਜੀ ਤੋਂ ਜਿਹੜੇ ਅਕਸ਼ਿਤ ਆਏ ਨੇ ਉਹਨਾਂ ਨੂੰ ਰਾਣਾ ਸਾਹਿਬ ਨੂੰ ਦੇਣ ਆਏ ਆ ਕਿਉਂਕਿ ਜਿਵੇਂ ਹਰੇਕ ਮੰਦਰਾਂ ਦੇ ਵਿੱਚ ਅਕਸ਼ਿਤ ਸਥਾਪਿਤ ਕੀਤੇ ਗਏ ਆ ਪ੍ਰਸ਼ਾਦ ਦੇ ਰੂਪ ਚ ਕਹਿ ਲਓ ਔਰ ਅੱਜ ਉਹ ਰਾਣਾ ਜੀ ਦੇ ਦਫ਼ਤਰ ਏਕਤਾ ਭਵਨ ਦੇ ਵਿੱਚ ਆਏ ਨੇ ਸੋ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਗੱਲ ਦਾ ਕਿਉਂਕਿ ਰਾਣਾ ਜੀ ਵੀ ਧਾਰਮਿਕ ਤੌਰ ਤੇ ਇਸ ਓਕੇਜ਼ਨ ਨੂੰ ਬੜੇ ਜੋਸ਼ ਦੇ ਨਾਲ ਸੈਲੀਬ੍ਰੇਟ ਕਰਨ ਜਾ ਰਹੇ ਆ ਔਰ ਸਮੁੱਚੀ ਟੀਮ ਸਾਰਾ ਕਪੂਰਥਲਾ ਇਹਨਾਂ ਦੇ ਨਾਲ ਆ ਦੂਜਾ ਸ਼ੋਭਾ ਯਾਤਰਾ ਦਾ ਆਯੋਜਨ ਜਿਹੜਾ ਕੀਤਾ ਜਾ ਰਿਹਾ ਮਦਾਨ ਸਾਹਿਬ ਸ਼ੁਕਲਾ ਜੀ ਸੰਦੀਪ ਜੀ ਵੱਲੋਂ ਅਤੇ ਸ਼ਹਿਰ ਦੀਆਂ ਰਮਨ ਜੀ ਵੱਲੋਂ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਨਾਲ ਲੈ ਕੇ ਇੱਕ ਭਵਿਆ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਆ ਉਹਦੇ ਵਿੱਚ ਵੀ ਰਾਣਾ ਜੀ ਮਾਨਯੋਗ ਸਾਡੇ MLA ਸਾਹਿਬ ਅਤੇ ਸਮੁੱਚੀ ਕਾਂਗਰਸ ਟੀਮ ਅਤੇ ਸਾਰੇ ਹੀ ਕੌਂਸਲਰ ਸਾਹਿਬਾਨ ਪਿੰਡਾਂ ਵਿੱਚੋਂ ਵੀ ਸਰਪੰਚ ਸਾਹਿਬਾਨ ਸਾਰੇ ਹੀ ਇਸ ਧਾਰਮਿਕ ਓਕੇਜ਼ਨ ਨੂੰ ਬੜੇ ਹੀ ਉਤਸ਼ਾਹ ਦੇ ਨਾਲ ਮਨਾਉਣ ਜਾ ਰਹੇ ਆ ਕੋਈ ਵੀ ਪੋਲੀਟੀਕਲ ਨਹੀਂ ਇਹ ਮਾਨਵਤਾ ਦੀ ਸੇਵਾ ਭਗਵਾਨ ਸ਼੍ਰੀ ਰਾਮ ਜੀ ਦਾ ਕੰਮ ਆ ਇਹਦੇ ਵਿੱਚ ਸਾਰੇ ਹੀ ਬਰਾਬਰ ਆ ਔਰ ਇਹਦੇ ਵਿੱਚ ਯੋਗਦਾਨ ਦੇਣਾ ਮੈਂ ਸਮਝਦਾ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਜੈ ਸ਼੍ਰੀ ਰਾਮ।